मजीद वीडियोस हासिल करने के लिए मेरे चैनल को सब्सक्राइब करें। बहुत शुक्रिया। ਮੂੰਗਰ ਵੀ ਟੀਂ ਤੇਰਾ ਬਾਜੀਦਾਰ ਦਸਤਰਖਾਨ ਦੇ ਵਿੱਚ ਨਾ ਖਾਵਾਂ ਜਾਬੜਿਆ ਲਿਖੀ ਕਰੀ ਲੱਗਾ ਬੈਠਾ ਛੋਰੀ ਕੋਲ ਵਹਿੰਦੀਆਂ ਤੂੰ ਮਿਹਣੇ ਨਾਲ ਹੁਣ ਤੇਰੀ ਬੈਂਡ ਨੂੰ ਅਗਲੇ ਛੋਹੇ ਸਦੇ ਮਨੂ ਮੁੰਡਾ ਵੇੜੇ ਚੱਕ ਦੇ ਟੰਗਿਆ ਕਰ ਨਕਾਬ ਹੋਣੀ ਮਾਰੀ ਬੈਠੀ ਹਿਕਮਤ ਵਾਲੇ ਦੱਸਿਆ ਦੋ ਫੁਲਕੇ ਜਾਂਦੇ ਹੋ ਚਿੱਤਰੀ ਦੀ ਪਾਰੂ ਪਹਿਲੀ ਨੂੰ ਚੱਟਾ ਪੀ ਮੈਂ ਗਲਤ ਵੀ ਜਾ ਖਾ ਲੈਂਦੇ ਆਰਾਮ ਖਾ ਖਾ ਤੇ ਠੁਕੀਆਂ ਪਹਿਲੀ ਤਾਂ ਐਡੀ ਮੋਟੀ ਹੋ ਜਾਂਦਾ ਆਰਾਮ ਖਾਵਣ ਆਰਾਮ ਦਾ ਪਿਆ ਬੈਣਾ ਅੱਲਾ ਬਾਉਂਦੀ ਮਾਲਕ ਆਰਾਮ ਖਾ ਲਿਓ ਕਿ ਰਸੂਲ ਤੁਹਾਡੀ ਬਾਤ ਨੂੰ ਯਾਦ ਮੋੜੀ ਛੇਲ ਲੈਂਦੇ ਨਹੀਂ ਦੋ ਪੁੱਤਰ ਤੁਹਾਡੇ ਘਰੋਂ ਨਿਕਲ ਪਵੇ ਨਾ ਸਾਨੇ ਇੱਥੇ ਕੰਮ ਆਉਂਦਾ ਮੈਂ ਤਿੰਨਾਂ ਨੂੰ ਆਖੇ ਤ੍ਰਿਖਿਆਈਆਂ ਕਰੋ ਹਾਲਾ ਤਿੰਨਾਂ ਦੇ ਅੰਦਰ ਵੜਦਾ ਪਿਆ ਸ਼ੁਕਰ ਕਰ ਜੇ ਮਛੂਰੇ ਤੂੰ ਲਾਟ ਚ ਲੈ ਦਾ ਮੋਨੂੰ ਦੰਦ ਵਣ ਪੰਮ ਦੇ ਖਰਾਇਦ ਕਰਵਾ ਤੁਹਾਡੇ ਘਰ ਦੀ ਇਤਨੀ ਤਕਲੀਫ ਸਾਡੀ ਬੁੱਢੇ ਨੂੰ ਮੇਣੇ ਦਿੰਦੇ ਨੀ ਤੇ ਆਪਣੀ ਨੂੰ ਕੁਝ ਨਹੀਂ ਆਦੇ ਜੈ ਫਕੀਰ ਨੂੰ ਨਿਮਾਸ਼ਾ ਤਾਂ ਬੂਹੇ ਤੇ ਬਾ ਬਾ ਕੇ ਇਹ ਕੱਟਿਆ ਆਵੇ ਧੁੱਪ ਤੇ ਤਿਆਗ ਕੇ ਵਲੀ ਸੀ ਕਹਿੰਦੀ ਭਾਈ ਤੈਨੂੰ ਦੇਣੀ ਹੁਣ ਜੇ ਬਿਮਾਰੀ ਦੌਰ ਕਰਤੇ ਆ ਜਾਣੇ ਹੁਣ ਲਵਾ ਜੇ ਲੈ ਹੁਣ ਬਿਮਾਰੀ ਪਾਈ ਗਈ ਨੀ ਉਹ ਪੇਕ ਕੇ ਭੱਗ ਗਈ
ਪਾਟ ਲੈਣੇ ਵਾਲੇ ਲੱਤਾਂ ਚਾਹ ਬੈਠਾ ਮੁਕਾ ਤੇ ਪਾਟ ਲੈ ਜਿਵੇਂ ਤਾਂ ਤੇਰਾ ਬਥਾਣ ਖੁਰੜਾ ਮੂਹੇ ਜਗਾ ਤੇ ਕੁੱਤੇ ਦੇ ਰਲੇ ਭਜਦਾ ਫੇਰ ਸਾਨੂੰ ਉਹ ਦੱਸਦੀ ਹੈ ਜਿਹੜੀ ਕੁੱਤੀ ਸਾਡੇ ਗੁੱਡਾਇਣ ਹੋ ਗਈ ਆਰਾਮ ਮਾਰ ਕੇ ਉਹ ਪੱਕੀਆਂ ਖਾਲੀ ਕਰ ਜਾਂਦੀ ਗਰੀਬਾਂ ਦੀਆਂ ਤੁਹਾਡੀ ਮਾਰਾਂ ਹਵੇਲੀ ਦੇ ਅੰਦਰ ਖਾਲੀ ਕਰਨ ਦੀ ਛੱਬੂ ਛੱਬੂ ਸਾਡੀਆਂ ਬਾਰੀ ਹੋਈਆਂ ਤੁਹਾਡੀਆਂ ਤ੍ਰਿਕਲ ਪਤਲੀ ਤੇ ਜਾ ਪਚਾ ਤੇ ਕਸੀਡਾ ਪਵਾਈ ਸਾਡੀਆਂ ਸ਼ਿਕਾਰ ਖੇਡਦੀਆਂ ਤੁਹਾਡੀ ਰਲਾ ਕੇ ਲਾ ਜਾਣੀ ਤੁਹਾਡੀਆਂ ਸ਼ਿਕਾਰ ਤਾਂ ਲੱਗੀ ਹੋਈ ਸਾਰੇ ਬੰਦੇ ਤੁਹਾਡੀਆਂ ਦਾ ਹੱਥ ਡਾਂਡਾ ਸਾਡੀਆਂ ਨੂੰ ਕਿਲੇ ਦੇ ਗਦਰਾਂ ਪਾਉਂਦਾ ਤੁਹਾਡੀਆਂ ਆਪਣੇ ਸ਼ਿਕਾਰ ਉਠਾ ਲੈ ਵੀਡੀਓ ਹਾਸਿਲ ਕਰਨ ਲਈ ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ ਬਹੁਤ ਸ਼ੁਕਰੀਆ।